ਭਜਿੰਦਰ ਸਿੰਗਲਾ ਜੀ ਦੇ ਗੇਟ ਤੇ ਜਾਂਦਿਆਂ ਸਾਨੂੰ ਧੱਕੇ ਮਾਰੇ ਗਏ, ਸਾਨੂੰ ਗੱਡੀਆਂ ਦੇ ਵਿੱਚ ਚੜ੍ਹਿਆ ਗਿਆ, ਥਾਣਿਆਂ ਦੇ ਵਿੱਚ ਰੱਖਿਆ ਗਿਆ। 4.5 ਸਾਲ ਤੋਂ ਪੰਜਾਬ ਦੇ ਪਾਸ ਆਪਣੀ ਆਵਾਜ਼ ਭਜਿੰਦਰ ਸਿੰਗਲਾ ਜੀ ਤੱਕ ਪਹੁੰਚਾ ਰਹੇ ਨੇ। ਅਸੀਂ ਹਰ ਵੇਲੇ ਹਰ ਉਹ ਕੰਮ ਕਰੇ, ਅਸੀਂ ਲਾਤੀਆਂ ਵੀ ਅਸੀਂ ਕੱਪੜੇ ਤੱਕ ਵੀ ਫੜਵਾਏ ਨੇ, ਸਾਡੀਆਂ ਕੁੜੀਆਂ ਨੇ ਲੱਤਾਂ ਬਾਹਾਂ ਤੋਂ ਫੜ ਕੇ ਸਾਨੂੰ ਗੱਡੀਆਂ 'ਚ ਚਾੜਿਆ ਜਾਂਦਾ ਹੈ। ਇਸ ਲਈ ਅੱਜ ਅਸੀਂ ਇਸ ਖੂਨ ਪੀਣੀ ਸਰਕਾਰ ਨੂੰ, ਜਿਸ ਨੇ 4.5 ਸਾਲ ਤੋਂ ਬੇਰੁਜ਼ਗਾਰਾਂ ਦਾ ਖੂਨ ਪੀ ਰੱਖਿਆ, ਅੱਜ ਅਸੀਂ ਆਪਣੇ ਖੂਨ ਦਾ ਪਿਆਲਾ ਭਜਿੰਦਰ ਸਿੰਗਲਾ ਜੀ ਨੂੰ ਭੇਟ ਕਰਾਂਗੇ। ਰੈਸਟ ਹਾਊਸ ਉਹਨਾਂ ਨੂੰ ਮਿਲਣ ਦੇ ਲਈ ਜਾਂਦੇ ਹਾਂ, ਉੱਥੇ ਵੀ ਸਾਨੂੰ ਤਾਂ ਗੱਡੀਆਂ ਦੇ ਵਿੱਚ ਚਾੜ ਕੇ ਥਾਣਿਆਂ ਦੇ ਵਿੱਚ ਰੱਖਿਆ ਜਾਂਦਾ ਹੈ। ਹੁਣ ਤਾਂ ਅਸੀਂ ਜਦੋਂ ਉਹਨਾਂ ਦੇ ਕਿਸੇ ਵੀ ਸਮਾਗਮ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਖੁਦ ਅਸੀਂ ਬੇਰੁਜ਼ਗਾਰ ਮਿਲਣ ਦੇ ਲਈ ਅਪਰੋਚ ਕਰਦੇ ਹਾਂ, ਮਿਲਣ ਦੇ ਲਈ ਪਹੁੰਚਦੇ ਹਾਂ। ਸਾਨੂੰ ਬੇਰੁਜ਼ਗਾਰ ਨੇ ਅਧਿਆਪਕ ਦਿਵਸ ਸਾਡੇ ਲਈ ਇੱਕ ਕਾਲਾ ਦਿਨ ਹੈ, ਬਲੈਕ ਡੇ ਹੈ ਅੱਜ, ਜਿੱਥੇ 4.5 ਸਾਲ ਤੋਂ ਅਸੀਂ ਬੇਰੁਜ਼ਗਾਰ BEd ਟੈਟ ਪਾਸ ਰੁਜ਼ਗਾਰ ਦੀ ਮੰਗ ਕਰ ਰਹੇ ਹਾਂ, ਪਰ ਸਾਨੂੰ ਬਦਲੇ ਦੇ ਵਿੱਚ ਧੱਕੇ ਹੀ ਮਿਲ ਰਹੇ ਨੇ। ਪੰਜਾਬ ਸਰਕਾਰ ਸਿੱਖਿਆ ਬਾਰ ਬਾਰ ਭੱਜ ਰਹੇ ਨੇ, ਭਗੌੜੇ ਨੇ, ਕਿਤੇ ਵੀ ਸਾਡੇ ਨਾਲ ਕੋਈ ਮੀਟਿੰਗ ਨਹੀਂ ਕਰੀ ਜਾਂਦੀ। ਕੱਲ੍ਹ ਅਸੀਂ ਵੀ ਉਹਨਾਂ ਦਾ ਬਿਆਨ ਸੁਣਿਆ ਜਦੋਂ ਉਹਨਾਂ ਨੇ ਕਿਹਾ ਵੀ ਸੜਕ 'ਤੇ ਆ ਕੇ ਕੋਈ ਹੱਲ ਨਹੀਂ। ਅਸੀਂ ਸਿਰਫ ਅੱਜ ਤੋਂ ਨਹੀਂ, ਅਸੀਂ 4.5 ਸਾਲ ਤੋਂ ਸੜਕ 'ਤੇ ਹਾਂ। ਅਗਰ ਉਹਨਾਂ ਨੇ ਨਾਲ ਸਿਵਲ ਹੋਸਪਿਟਲ ਹੈ, ਇੱਥੋਂ ਉਹ 2 ਵਾਰ ਆ ਕੇ ਮੁੜ ਗਏ ਨੇ, ਸਾਡਾ ਸਾਫੀ ਮੁਨੀਸ਼ ਨਹੀਂ ਦਿਖਿਆ ਉਹਨਾਂ ਨੂੰ, ਇੱਕ ਵਾਰ ਵੀ ਟੈਂਕੀ ਵਾਲੇ ਮੁੰਡੇ ਦੀ ਉਹ ਸਾਰ ਲੈਣ ਨਹੀਂ ਆਏ ਹੈਗੇ। 4.5 ਸਾਲ ਤੋਂ ਅਸੀਂ ਉਹਨਾਂ ਦੀ ਉਡੀਕ ਕਰੀਏ, ਪਰ ਹੁਣ ਅਸੀਂ ਬੇਰੁਜ਼ਗਾਰ ਖੁਦ ਅਪਰੋਚ ਕਰਦੇ ਹਾਂ, ਉਹਨਾਂ ਦੇ ਹਰੇਕ ਸਮਾਗਮ ਦੇ ਵਿੱਚ ਅਸੀਂ ਖੁਦ ਜਾ ਰਹੇ ਹਾਂ ਮਿਲਣ ਦੇ ਲਈ। ਹਰ ਇੱਕ ਉਹ ਹਰ ਹੀਲਾ ਵਰਤ ਕੇ ਦੇਖ ਲਿਆ ਵੀ ਸਾਡੀਆਂ ਮੰਗਾਂ ਨੇ ਜਿਹੜੀਆਂ ਉਹ ਨੇੜੇ ਲੱਗਣ, ਪਰ ਸਰਕਾਰ ਇਹਦੀ ਢੀਠ 'ਤੇ ਨਲਾਇਕ ਹੋ ਚੁੱਕੀ ਹੈ ਕਿ ਉਹ ਬਿਲਕੁਲ ਵੀ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ। ਅਤੇ ਅੱਜ ਅਧਿਆਪਕ ਦਿਵਸ 'ਤੇ ਵਿਸ਼ੇਸ਼ ਕਿੱਥੇ ਅਧਿਆਪਕ ਦਾ ਸਨਮਾਨ ਕੀਤਾ ਜਾਂਦਾ ਹੈ, ਅਤੇ ਕੱਲ੍ਹ ਸਨਮਾਨ ਤੁਸੀਂ ਦੇਖ ਹੀ ਲਿਆ ਹੋਣਾ ਕਿ ਅਸੀਂ ਜਦੋਂ ਸਿੱਖਿਆ ਮੰਤਰੀ ਨੂੰ ਮਿਲਣਗੇ ਅੱਗੇ ਕਿਸ ਤਰੀਕੇ ਨਾਲ ਉਹਨਾਂ ਨੇ ਸਾਡਾ ਸਨਮਾਨ ਕੀਤਾ। ਤਾਂ ਹੁਣ ਹਾਰ ਕੇ ਸਾਡੇ ਕੋਲ ਕੋਈ ਹੋਰ ਹੱਲ ਨਹੀਂ ਸੀਗਾ, ਅਤੇ ਅਸੀਂ ਇਹੀ ਸੋਚਦੇ ਸੀਗੇ ਵੀ ਹੋ ਸਕਦਾ ਕਿ ਸਰਕਾਰ ਜਿਹੜੀ ਹੁਣ ਪੰਜਾਬ ਦੇ ਲੋਕਾਂ ਦੇ ਖੂਨ ਦੀ ਪਿਆਸੀ ਹੋਈ ਹੋਈ ਆ, ਬੇਰੁਜ਼ਗਾਰਾਂ ਦੇ ਖੂਨ ਦੀ ਪਿਆਸੀ ਹੋਈ ਹੋਈ ਆ, ਵੀ ਜੇਕਰ ਸਾਡਾ ਖੂਨ ਦੇ ਕੇ ਉਹ ਜੇਕਰ ਸਾਡੀਆਂ ਮੰਗਾਂ ਵੱਲ, ਉਹ ਇਸ ਗੂੰਗੀ ਬੋਲੀ ਸਰਕਾਰ ਨੂੰ, ਇਸ ਗੂੰਗੇ ਬੋਲੀ ਸਿੱਖਿਆ ਮੰਤਰੀ ਨੂੰ ਭੇਟ ਕਰ ਰਹੇ ਹਾਂ। ਬਜਿੰਦਰ ਸਿੰਗਲਾ ਮੁਰਦਾਬਾਦ, 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 ਪੰਜਾਬ ਸਰਕਾਰ ਹਾਏ ਹਾਏ, ਹਾਏ ਹਾਏ, ਹਾਏ ਹਾਏ, ਰੁਜ਼ਗਾਰ ਦਾ ਪ੍ਰਬੰਧ ਕਰੋ, ਪ੍ਰਬੰਧ ਕਰੋ, ਪ੍ਰਬੰਧ ਕਰੋ, ਘਰ ਘਰ ਨੌਕਰੀ ਦਾ ਵਾਅਦਾ ਪੂਰਾ ਕਰੋ, ਪੂਰਾ ਕਰੋ, ਪੂਰਾ ਕਰੋ, ਸਿੱਖਿਆ ਮੰਤਰੀ ਹਾਏ ਹਾਏ, ਹਾਏ ਹਾਏ, ਹਾਏ ਹਾਏ, ਬਜਿੰਦਰ ਸਿੰਗਲਾ ਮੁਰਦਾਬਾਦ, 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 ਬਜਿੰਦਰ ਸਿੰਗਲਾ ਹਾਏ।
ਭਾਈ ਤਾਂ